ਆ ਦੇਖੋ ਜੀ ਟੀ ਟਾਈਮ ਸਾਡਾ ਅੱਜ ਛੱਤ ਦੇ ਉੱਪਰ ਹੈ ਤੇ ਤੁਹਾਨੂੰ ਮੈਂ ਮੌਸਮ ਵੀ ਦਿਖਾਣੀ ਆ ਬਹੁਤ ਸੋਹਣਾ ਮੌਸਮ ਹੋਇਆ ਹੈ ਨਹੀਂ ਤਾਂ ਇਸ ਟਾਈਮ ਤੇ ਧੁੱਪ ਹੁੰਦੀ ਹੈ ਪਰ ਅੱਜ ਜਿਹੜਾ ਨਾ ਮੌਸਮ ਬਹੁਤ ਸੁਹਾਵਣਾ ਹੋਇਆ ਹੈ ਤਾਂ ਅਸੀਂ ਕਿਹਾ ਕਿਉਂ ਨਾ ਅੱਜ ਛੱਤ ਤੇ ਇੰਜੋਇਮੈਂਟ ਕੀਤੀ ਜਾਵੇ ਸ਼ਾਮ ਦੀ ਚਾਹ ਦੇ ਆ ਬਿਸਕੁਟ ਡਿੱਗ ਗਿਆ ਉੱਥੇ ਕ੍ਰਿਤਿਕਾ ਕਹਿ ਰਹੀ ਹੈ ਕਿ ਮੈਨੂੰ ਨਾ ਵਿੱਚ ਵੀਡੀਓ ਦੇ ਲੈ ਕੇ ਆਉਣਾ ਆਹ ਦੇਖੋ ਜੀ ਆਹ ਸਾਡੇ ਪਿੱਛੇ ਸੋਲਰ ਸਿਸਟਮ ਦੀ ਉਹ ਲਾਈਟਸ ਲੱਗੀਆਂ ਹੋਈਆਂ ਉਹ ਪਿੱਛੇ ਕਬੂਤਰ ਵੀ ਆਏ ਹੋਏ ਆ ਇਹ ਡੇਲੀ ਸਾਡੇ ਇੱਥੇ ਨਾ ਕਬੂਤਰ ਬਹੁਤ ਆਉਂਦੇ ਆ ਮੈਂ ਦਿਖਾਉਂਦੀ ਹਾਂ ਸਾਡੇ ਇੱਥੇ ਆਹ ਪੈਨਲ ਲੱਗੇ ਹੋਏ ਆ ਸੋਲਰ ਸਿਸਟਮ ਦੇ 3 ਪੈਨਲ ਹੀ ਲਗਵਾਏ ਸੀਗੇ ਤੇ ਆਹ ਜਿਹੜਾ ਸਾਡੇ ਥੱਲੇ ਪੌੜੀਆਂ ਤੇ ਜਿਹੜਾ ਅਸੀਂ ਸ਼ੈੱਡ ਪਾਇਆ ਹੋਇਆ ਇਹਦੇ ਉੱਤੇ ਕਬੂਤਰ ਰੋਜ਼ ਆ ਦੇਖੋ ਇੱਕ ਸ਼ਾਇਦ ਕਬੂਤਰ ਮਰ ਗਿਆ ਕਿ ਪਤਾ ਨਹੀਂ ਇਸ ਤਰ੍ਹਾਂ ਰੋਜ਼ ਆਉਂਦੇ ਆ ਬਿੱਠਾ ਕਰਕੇ ਚਲੇ ਜਾਂਦੇ ਆ ਗੰਦ ਪਾ ਕੇ ਚਲੇ ਜਾਂਦੇ ਆ ਸਾਰੇ ਪਾਸੇ ਬਹੁਤ ਸੋਹਣਾ ਮੌਸਮ ਹੋਇਆ ਹੈ ਆ ਛੱਤ ਤੋਂ ਅੰਬ ਦਾ ਪੇੜ ਹੁਣ ਹੋਰ ਜਿਹਾ ਵੇਖਣ ਨੂੰ ਲੱਗਦਾ ਆ ਥੱਲੇ ਪਾਰਕ ਹੈ ਇਹ ਵੀ ਸਾਡੇ ਘਰ ਦਾ ਇੱਧਰੋਂ ਮੇਨ ਫਰੰਟ ਅਸੀਂ ਬੈਕ ਸਾਡਾ ਜਿਹੜਾ ਗੇਟ ਹੈ ਜਿਹੜਾ ਮੇਨ ਗੇਟ ਉਹ ਬੈਕ ਸਾਈਡ ਤੋਂ ਹੈ ਆ ਦੇਖੋ ਦੂਰ ਦੂਰ ਤੱਕ ਸੁਹਾਵਣਾ ਮੌਸਮ ਉਹ ਗਰਾਊਂਡ 'ਚ ਬੱਚੇ ਖੇਡੀ ਜਾਂਦੇ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੀ ਹਾਂ ਆ ਦੇਖੋ ਬੱਚੇ ਖੇਡੀ ਜਾਂਦੇ ਆ ਆ ਦੇਖੋ ਜੀ ਰੱਬ ਦੇ ਦੁਆਰਾ ਵੈਸੇ ਤਾਂ ਇਨਸਾਨ ਨੇ ਫਸਲ ਬੋਈ ਆ ਪਰ ਐਂ ਲੱਗਦਾ ਨਾ ਗਲੀਚਾ ਵਿਛਿਆ ਹੋਵੇ ਗ੍ਰੀਨ ਕਲਰ ਦਾ ਅਤੇ ਕਿੰਨਾ ਪਿਆਰਾ ਲੱਗਦਾ ਦੇਖਣ 'ਚ ਮੈਨੂੰ ਇਹ ਜੀ ਹਰਿਆਲੀ ਦੇਖਣਾ ਬੜਾ ਅੱਛਾ ਲੱਗਦਾ ਇੱਥੇ ਐਨ ਫਲੈਟ ਗ੍ਰੀਨ ਹੋਵੇ ਬਸ ਅਤੇ ਉਹਦੇ ਉੱਤੇ ਤੁਰਨਾ ਹੋਵੇ ਤਾਂ ਕਿੰਨਾ ਮਜ਼ਾ ਆਵੇ ਪਰ ਇਹ ਅਸਲੀਅਤ 'ਚ ਗਲੀਚਾ ਨਹੀਂ ਨਾ ਫਸਲ ਹੈ fun we were naive